ਕੰਮ ਦੇਵੇ ਇਹ ਕੈਮਰੇ ਫੋਕਸ ਨੇ ਪੂਰੀ ਦੁਨੀਆ ਅਨੰਦਪੁਰ ਦਾ ਕਬੱਡੀ ਦਾ ਕੱਪ ਦੇਖਦੀ ਹੈ ਹੈਪੀ ਕਬੱਡੀ ਪਾਉਣ ਚੱਲਿਆ ਇੱਕ ਪਾਸੇ ਸਾਡੇ ਕਹਿੰਦੇ ਵੀ ਰਾਣਾ ਬਨਵਾਲੀਪੁਰ ਦੇ ਕਬੱਡੀ ਕੋਚ ਰੈਫਰੀ ਨੇ ਪਿੱਛੇ ਲੈਣ ਤੇ ਸ਼ਾਮ ਸਿੰਘ ਸ਼ਾਮਾ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ ਔਰ ਇਧਰਲੇ ਪਾਸੇ ਤਿੰਦਰ ਸਿੰਘ ਜੀ ਕਾਲਕਟਾ ਔਰ ਪੰਮੀ ਕੋਚ ਜੀ ਜਿਨ੍ਹਾਂ ਕੋਲ 30 ਸੈਂਕੜ ਵਾਲੀ ਧੜੀ ਸਾਂਭੀ ਹੋਈ ਹੈ ਲਓ ਹੈਪੀ ਕਬੱਡੀ ਪਾ ਕੇ ਨੰਬਰ ਇਸ ਵੇਲੇ ਮਾਨਸੇ ਦੀ ਟੀਮ ਆਪੇ ਜੁੜਦਾ ਹੋਇਆ ਹਾਇਆ ਕਰਦਾ ਹੋਇਆ ਚੱਲ ਵੀ ਹੈਪੀ ਪਾ ਕਬੱਡੀ ਲੁਧਿਆਣਾ ਤੇ ਨਾਲ ਮੋਹਾਲੀ ਟੀਮਾਂ ਬਿਲਕੁਲ ਤਿਆਰੀ ਕਰ ਰਹੀਆਂ ਨੇ ਅਗਲਾ ਮੈਚ ਵੀ ਸ਼ਾਨਦਾਰ ਹੋਵੇਗਾ ਅਗਲਾ ਮੈਚ ਵੀ ਜਾਨਦਾਰ ਹੋਵੇਗਾ ਲੁਧਿਆਣਾ ਤੇ ਮਾਨਸ ਕਹਿੰਦੇ ਵੀ ਮੋਹਾਲੀ ਦਾ ਇਸ ਤੋਂ ਬਾਅਦ ਅੱਜ ਦੇ ਦਿਨ ਦਾ 6ਵਾਂ ਮੈਚ ਹੋਵੇਗਾ ਲਓ ਆਖਰੀ ਕਹਿੰਦੇ ਵੀ ਸੋਨ ਵੀ ਹੈ ਵਿੱਚ ਮੈਦਾਨ ਦੇ ਖੇਦੀ ਕਹਿੰਦੇ ਵੀ ਲੰਬੀ ਲੰਬਾਈ ਪਰ ਨੰਬਰ ਹੈਪੀ ਦਾ ਨੰਬਰ ਹੈਪੀ ਕਹਿੰਦੇ ਮਾਨਸੇ ਦੀ ਟੀਮ ਵਾਸਤੇ ਜੁੜਦਾ ਹੋਇਆ ਚਲੋ ਗੱਲੇ ਪਾ ਕਬੱਡੀ ਗੱਲ ਅਮ੍ਰਿਤਸਰ ਦੀ ਟੀਮ ਵਾਸਤੇ ਜੁੜਦਾ ਹੋਇਆ ਚੱਲ ਵੀ ਹੈਪੀ ਪਾ ਕਬੱਡੀ ਸਾਡੇ ਮਾਨ ਜੁਗ ਨੇ ਅਮਰਜੀਤ ਸਿੰਘ ਜੀ ਰਾਇਲ ਜੂਕੇ ਕਮਲਜੀਤ ਸਿੰਘ ਲਾਡਾ ਜਰਨੈਲ ਸਿੰਘ ਜੀ ਸੁਖਪਾਲ ਸਿੰਘ ਜੀ ਸੁਖੀ ਮੱਕਣ ਸਿੰਘ ਜੀ ਬੈਚ ਜਰਨੈਲ ਸਿੰਘ ਜੀ ਜੱਲਾ ਹਰਵਿੰਦਰ ਸਿੰਘ ਜੀ ਬਿੰਦਰਨਾਥ ਪਿੰਡ ਨਰਿੰਦਰ ਸਿੰਘ ਜੀ ਬਿੱਲਾ ਸੁਦੇਸ਼ ਸਿੰਘ ਜੀ ਅਟਵਾਲ ਇਹ ਮਾਨ ਜੁਗ ਨੇ ਲਓ ਹੈਪੀ ਗਰਾਊਂਡ ਦੇ ਵਿਚਕਾਰ ਕਬੱਡੀ ਪਾਉਂਦਾ ਹੋਇਆ ਤੇ ਆਹ ਕਹਿੰਦੇ ਜਾਫੇ ਜਿਹਨੂੰ ਪਿਆਰ ਦੇ ਨਾਲ ਕਹਿੰਦੇ ਵੀ ਡੀਸੀ ਆਖਦੇ ਆ ਪਰ ਨੰਬਰ ਹੈਪੀ ਦਾ ਨੰਬਰ ਮਾਨਸੇ ਦਾ ਨਵੇਂ ਸ਼ਹਿਰ ਦੀ ਟੀਮ ਅਤੇ ਚੱਲਦੇ ਹੋਏ ਮੈਚ ਵਿੱਚ ਵਾਧਾ ਕਰਦਾ ਹੋਇਆ ਚੱਲੋ ਮੱਲਾ ਪਾ ਕਬੱਡੀ ਲਓ ਹੈਪੀ ਕਬੱਡੀ ਪਾਉਣ ਦੀ ਬਿਲਕੁਲ ਤਿਆਰੀ ਕਰਦਾ ਹੋਇਆ ਕਿ ਕਦੇ ਕੱਖਾਂ ਦੀ ਕਦੇ ਲੱਖਾਂ ਦੀ ਤੇ ਅੱਜ ਕਬੱਡੀ ਹੈ ਕਰੋੜਾਂ ਦੀ ਯੂਕੇ ਕਬੱਡੀ ਫੈਡਰੇਸ਼ਨ ਦਾ ਵੱਡਾ ਉਪਰਾਲਾ ਹੈ ਇਹ ਉਪਰਾਲਾ 13ਵੇਂ ਸਾਲ ਵਿੱਚ ਪਹੁੰਚਿਆ ਸਾਰੀ ਕਬੱਡੀ ਫੈਡਰੇਸ਼ਨ ਦਾ ਅਨੰਦਪੁਰ ਸਾਹਿਬ ਸਪੋਰਟ ਕਲੱਬ ਦਾ ਧੰਨਵਾਦ ਅਮਰੀਕ ਉਦੇਹਾਂ ਦਾ ਸ਼ੀਰਹਾਂ ਦਾ ਮਾਨਸਾ ਧੰਨਵਾਦ ਲਓ ਨੰਬਰ ਤੇ ਹੈਪੀ ਆਪਣੀ ਟੀਮ ਅਤੇ ਨੰਬਰ ਦਾ ਚੱਲਦੇ ਹੋਏ ਮੈਚ ਵਿੱਚ ਨੰਬਰ ਨਵੇਂ ਸ਼ਹਿਰ ਦੀ ਟੀਮ ਅਤੇ ਜੁੜਦਾ ਹੋਇਆ ਕੁਸ਼ਤੀਆਂ ਦੇ ਮੁਕਾਬਲੇ ਵੀ ਹੋਣਗੇ ਜਿਹੜੇ ਬਕਾਇਆ ਮੁਕਾਬਲੇ ਕੱਲ੍ਹ ਹੋਣਗੇ ਸਾਡੇ ਦੂਲੇ ਸਾਹਿਬ ਪਹੁੰਚੇ ਹੋਏ ਇੰਗਲੈਂਡ ਤੋਂ ਧੰਨਵਾਦ ਔਰ ਸਾਡੇ ਬਿੱਲਾ ਸੋਤਾ ਜੀ ਪਹੁੰਚੇ ਹੋਏ ਧੰਨਵਾਦ ਬਿੰਦਰ ਜੀ ਨਵੇਂ ਪਿੰਡ ਵਾਲੇ ਪਹੁੰਚੇ ਹੋਏ ਲਾਲੇ ਹੁਣੀ ਪਹੁੰਚੇ ਹੋਏ ਧੰਨਵਾਦ ਲਓ ਇਧਰਲੇ ਪਾਸੇ ਸਾਡੇ ਵੀ ਕਹਿੰਦੇ ਵੀ ਜੀਤ ਸਿੰਘ ਜੀ ਵਿਰਕ ਸਾਹਿਬ ਪਹੁੰਚੇ ਹੋਏ ਧੰਨਵਾਦ ਹੈ ਲਓ ਨੰਬਰ ਧਾਵੀ ਦਾ ਨੰਬਰ ਮਾਨਸਰੀ ਕੁੱਦੇ ਨੇ ਜੈਲੇ ਸ਼ਰਪੁਰੀਏ ਨੇ ਸਾਡੇ ਰਾਜਵੀਰ ਮਾਨਕ ਨੇ ਸੁਰਿੰਦਰ ਮਾਨਕ ਨੇ ਮੈਕ ਓਵਰ ਟੂ ਸਟੇਜ ਹੈਲੋ ਜਿਹੜੇ ਸੇਵਾਦਾਰਾਂ ਦੀ ਸੇਵਾ ਲਾਈ ਗਈ ਹੈ ਉਹ ਸਟੇਡੀਅਮ ਤੇ ਉੱਤੇ ਆ ਕੇ ਕਾਫੀ ਬੋਤਲਾਂ ਖਾਲੀ ਪਾਣੀ ਦੀਆਂ ਪਈਆਂ ਹੋਰ ਵੀ ਖਾਲੀ ਗਲਾਸ ਚਾਹ ਕਾਫੀ ਦੇ ਪਏ ਆ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀਰਾਂ ਨੂੰ ਜਿਹੜੇ ਸੇਵਾ ਕਰਦੇ ਆ ਕਿ ਕਿਰਪਾ ਕਰਕੇ ਸਟੇਜ ਤੋਂ ਉਹ ਥੋੜਾ ਸਮਾਨ ਆ ਕੇ ਚੱਕ ਲਓ ਸਟੇਜ ਕਲੀਅਰ ਹੋ ਜਾਵੇ ਅਫੀਸ਼ੀਅਲ ਸਾਹਿਬਾਨ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਅਗਲਾ ਮੈਚ ਹੈ ਉਹ ਜਿਹਨਾਂ ਜਿਹਨਾਂ ਵੀ ਅਫੀਸ਼ੀਅਲ ਸਾਹਿਬਾਨ ਦੀਆਂ ਡਿਊਟੀਆਂ ਲਾਣੀਆਂ ਨੇ ਤੇ ਜਿਹਨਾਂ ਨੇ ਕਮੈਂਟਰੀ ਕਰਨੀ ਹੈ ਉਹਨਾਂ ਦੇ ਨਾਂ ਕਿਰਪਾ ਕਰਕੇ ਸਟੇਜ ਤੇ ਭੇਜ ਦਿਓ